ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮੈਂ ਸਾਈਕਲ ਵਾਰੀਅਰ ਸੋਨੂੰ, ਐਂਡ ਅੱਜ ਆਪਾਂ ਚੱਲੇ ਹਾਂ ਜੀ ਫਤਿਹਗੜ੍ਹ ਸਾਹਿਬ। ਔਰ ਅੱਜ ਹੈ 16 ਦਸੰਬਰ 2023 ਦਿਨ ਸ਼ਨੀਵਾਰ। ਸੋ ਟਾਈਮ ਹੋ ਗਿਆ ਅਰਾਊਂਡ 5 ਵੱਜ ਗਏ ਸਵੇਰ ਦੇ। ਸੋ ਆਪਾਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਚੱਲੇ ਹਾਂ, ਸੋ ਡੈਟ ਕਿ ਜਿਹੜੇ ਆਪਣੇ ਛੋਟੇ ਸਾਹਿਬਜ਼ਾਦੇ ਔਰ ਜੋ ਪੂਰਾ ਇੱਕ ਪਰਿਵਾਰ ਜੋ ਆਪਣੇ ਗੁਰੂ ਮਹਾਰਾਜ ਜੀ ਦਾ ਵਿਛੜ ਗਿਆ, ਸ਼ਹੀਦੀਆਂ ਪਾਈਆਂ, ਆਪਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਈਏ। ਮੈਂ ਹੋਰ ਵੀ ਜਿੰਨੇ ਵੀ ਸਾਈਕਲਿਸਟ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਐਤਕੀ ਫਤਿਹਗੜ੍ਹ ਸਾਹਿਬ ਤੁਸੀਂ ਸਭਾ 'ਤੇ ਜਾਓ ਅਤੇ ਪਲੀਜ਼ ਸਾਈਕਲ 'ਤੇ ਜਾਓ। ਇੱਕ ਮੈਸੇਜ ਵੀ ਹੈ ਔਰ ਇੱਕ ਇਹ ਸ਼ਰਧਾਂਜਲੀ ਦੇਣ ਦਾ ਆਪਣਾ ਆਪਣਾ ਤਰੀਕਾ ਹੈ। ਸੋ ਮੈਂ ਇਹੀ ਬੈਸਟ ਸਮਝਿਆ, ਐਂਡ ਹੁਣ ਆਪਾਂ ਚੱਲਦੇ ਹਾਂ ਅਤੇ ਜਿਵੇਂ ਜਿਵੇਂ ਆਪਾਂ ਅੱਗੇ ਵਧਾਂਗੇ, ਕਿੱਥੇ ਕਿੱਥੇ ਹੋ ਕੇ ਜਾਵਾਂਗੇ ਉਹ ਆਪਾਂ ਤੁਹਾਨੂੰ ਵਲੋਗ ਰਾਹੀਂ ਦੱਸਦੇ ਰਹਾਂਗੇ। ਸੋ ਪਲੀਜ਼ ਸਪੋਰਟ ਕਰਿਓ, ਸਬਸਕ੍ਰਾਈਬ ਕਰੋ, ਲਾਈਕ ਅਤੇ ਸ਼ੇਅਰ ਕਰੋ। ਮਿਲਦੇ ਹਾਂ ਜੀ। ਲਓ ਜੀ, ਗੱਡੀ ਦੀਆਂ ਲਾਈਟਾਂ ਹਾਈ ਬੀਮ 'ਤੇ ਹੈ ਅਤੇ ਸਾਹਮਣੇ ਆਉਣ ਵਾਲੇ ਹੁਣ ਜਾਗ ਜਿਓ। ਇਹ ਆਹ ਦੇਖੋ ਜੀ, ਇਹ ਬਹੁਤ ਜ਼ਰੂਰੀ ਹੈ। ਸੋ ਆਪਾਂ ਚੱਲੇ ਹੁਣ, ਹੈ ਨਾ, ਠੰਡ ਬਹੁਤ ਹੈ, ਗਲਵਸ 'ਚੋਂ ਹੱਥ ਨਿਕਲਣੇ ਨਹੀਂ ਵਾਰ ਵਾਰ, ਅਤੇ ਹੁਣ ਦੇਖਦੇ ਹਾਂ ਦਿਨ ਚੜ੍ਹੇ ਤੋਂ ਬਣਾਵਾਂਗੇ ਥੋੜ੍ਹਾ ਜਿਹਾ। ਲਓ ਜੀ, ਆਪਾਂ ਇੱਥੇ ਪਹੁੰਚੇ ਹਾਂ ਜੀ, ਪਾਉਂਟਾ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ, ਆਗਿਆ ਲੈਣ ਲਈ, ਐਂਡ ਪ੍ਰਭਾਤ ਫੇਰੀਆਂ ਦਾ ਦੌਰ ਚੱਲਿਆ ਹੋਇਆ ਜੀ। ਪ੍ਰਭਾਤ ਫੇਰੀਆਂ ਸ਼ੁਰੂ ਹੈ ਜੀ, ਇੱਥੇ ਸੰਗਰਾਂਦ ਵੀ ਹੈ ਅੱਜ। ਸਾਰਿਆਂ ਨੂੰ ਸੰਗਰਾਂਦ ਦੀ ਬਹੁਤ ਬਹੁਤ ਵਧਾਈਆਂ ਜੀ। ਇਹ ਹੈ ਜੀ ਆਪਣਾ ਦੂਜਾ ਬੱਡੀ ਜਸਿੰਦਰ ਸਿੰਘ ਜੱਸੀ, ਹਿਮਾਚਲ ਪੁਲਿਸ ਦੇ ਜਵਾਨ। ਲਓ ਜੀ, ਗੱਡੀਆਂ ਆਪਣੀਆਂ ਤਿਆਰ ਹੈ ਅਤੇ ਆਪਾਂ ਹੁਣ ਪਾਈਏ ਜੀ ਚਾਲੇ। ਲਓ ਜੀ, ਟਾਈਮ ਹੋ ਗਿਆ 6:56, 7 ਵੱਜ ਚੱਲੇ ਔਰ ਡਿਸਟੈਂਸ ਆਪਣਾ ਹੋ ਗਿਆ 20 ਕਿਲੋਮੀਟਰ, 16.5 ਦੀ ਐਵਰੇਜ ਸਪੀਡ। ਔਰ ਇੱਥੇ ਅਸੀਂ ਰੁਕ ਗਏ ਥੋੜ੍ਹਾ, ਪਾਣੀ ਪੂਣੀ ਛਕਾਂਗੇ ਇੱਥੇ। ਐਂਡ ਇਹ ਜਿਹੜਾ ਇੱਧਰੋਂ ਰੋਡ ਹੈ, ਇਹ ਪਾਉਂਟਾ ਸਾਹਿਬ ਤੋਂ ਔਰ ਇਹ ਗਿਆ ਜੀ ਅੱਗੇ ਨਾਹਨ, ਚੰਡੀਗੜ੍ਹ, ਅੱਗੇ ਮੋਗਾ, ਫਰੀਦਕੋਟ, ਅੰਮ੍ਰਿਤਸਰ, ਲਾਹੌਰ, NH 707। ਠੀਕ ਹੈ ਜੀ, ਚਲੀਏ ਫਿਰ। ਚਲੋ ਜੀ, ਖਿੱਚੋ ਕੰਮ ਨੂੰ, ਲਾਈਟਾਂ ਸ਼ਾਈਟਾਂ ਕਿਸੇ ਦੀਆਂ ਔਨ, ਕਿਸੇ ਦੀਆਂ ਬੰਦ। ਚਲੋ ਜੀ, ਚਲੋ ਜੀ। ਇਹ ਦੇਖ ਸਕਦੇ ਠੰਡ ਕਿੰਨੀ ਕੁ ਹੈ, ਔਰ ਇਹ ਸਾਡੇ ਅਸੀਂ ਭਾਅ ਜੀ ਵੀ ਖੜ੍ਹੇ ਅੱਗੇ। ਠੰਡ ਪੂਰੀ ਹੈ ਜੀ, ਠੰਡਾ ਪੂਰਾ ਪੂਰਾ ਹੈ। ਚਲੋ ਚਲੋ ਜੀ, ਠੰਡ ਬਹੁਤ ਜ਼ਿਆਦਾ ਹੈ ਹਜੇ ਵੀ, ਔਰ ਅੱਜ ਤਾਂ ਵੈਸੇ ਹੀ ਆਪਣੇ
ਦੇਸੀ ਪੋਹ ਦੇ ਮਹੀਨੇ ਦੀ ਸਟਾਰਟਿੰਗ ਹੋ ਗਈ ਹੈ। ਠੰਡ ਜ਼ੋਰਾਂ ਸ਼ੋਰਾਂ 'ਤੇ ਲਓ ਜੀ ਇਹ ਪਹੁੰਚ ਗਏ ਆਪਾਂ ਜੀ ਮਾਰਕੰਡਾ ਤੋਂ ਸੜਕਾਂ, ਔਰ ਇੱਕ ਰਸਤਾ ਇਹ ਵੀ ਗਿਆ, ਇਹ ਰਾਹ ਹੈ ਜਿਹੜਾ ਇਹ ਵੀ ਕਾਲੇ ਅੰਬ ਜਾਏਗਾ, ਬਟ ਅਸੀਂ ਇਹ ਪ੍ਰੈਫਰ ਕਰਾਂਗੇ ਬਿਕੋਜ਼ 3 ਕਿਲੋਮੀਟਰ ਦੀ ਚੜ੍ਹਾਈ ਹੈ, ਉਹ ਤੋਂ ਬਾਅਦ 15-16 ਕਿਲੋਮੀਟਰ ਡਾਊਨ ਹਿੱਲ ਹੈ, ਔਰ ਇਹ ਮਿਕਸ ਰੂਟ ਹੈ। ਸੋ ਇਹ ਵਾਪਸੀ ਨੂੰ ਅਸੀਂ ਇਸੇ ਰੂਟ ਆਉਣ ਦੀ ਉਹ ਕਰਾਂਗੇ, ਬਟ ਹੁਣ ਇੱਧਰੋਂ ਹੀ ਜਾਵਾਂਗੇ ਥੋੜ੍ਹਾ ਜਿਹੜਾ ਹੈ 5 ਕਿਲੋਮੀਟਰ ਹੈ, ਸੋਰੀ 5 ਕਿਲੋਮੀਟਰ ਜਿਹੜਾ ਅਪ ਹਿੱਲ ਹੈ ਉਹ ਚੜ੍ਹ ਕੇ ਫਿਰ 15-16 ਕਿਲੋਮੀਟਰ ਡਾਊਨ ਹਿੱਲ, ਉਹ ਜ਼ਿਆਦਾ ਬੈਟਰ ਹੈ, ਟਾਈਮ ਸੇਵ ਹੋ ਜਾਏਗਾ। ਔਰ ਉਹ ਉੱਪਰ ਬਿਲਕੁਲ ਟੋਪ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਦਿਖ ਰਿਹਾ ਜੀ ਨਾਹਨ। ਲਓ ਜੀ ਇੱਥੋਂ ਸਾਡੀ ਇਹ ਹੁਣ ਸ਼ੁਰੂ ਹੋ ਗਈ ਹੈ ਜੀ, ਹੁਣ ਜਸੀ ਕੋਟ ਹੁਣ ਤੰਗ ਕਰੂਗੇ ਥੋੜ੍ਹੀ ਦੇਰ ਬਾਅਦ। ਚਲੋ ਜੀ ਹੁਣ ਬੋਲ ਨਹੀਂ ਹੋਣਾ, ਹੁਣ ਚੜ੍ਹੀਏ ਪਹਿਲਾਂ। ਆਹ ਗੱਡੀਆਂ ਦਾ ਪੂਰਾ ਜ਼ੋਰ ਲੱਗਿਆ ਇੱਧਰ, ਆ ਛੋਟੀਆਂ ਦਾ ਵੀ ਵੱਡੀਆਂ ਦਾ ਵੀ। ਉਹ ਹੌਲੀ ਹੌਲੀ ਗੇਅਰ ਪਹਿਲਾ ਕਦੇ ਦੂਜਾ, ਹਾਂ ਖੜੇ ਦਰਖਤ ਚੱਲ ਵਿਛੇ ਚੱਲ ਵਿਛੇ। ਲਓ ਜੀ ਇੱਥੇ ਜੱਸੀ ਭਾਅ ਜੀ ਆਪਣੇ ਐਨਰਜੀ ਥੋੜ੍ਹੀ ਜਿਹੀ ਰਿਕਵਰ ਕਰਦੇ ਹੋਏ ਆਪਾਂ ਇੱਥੇ ਰੁਕੇ ਸੀਗੇ ਇੱਕ ਮੋੜ 'ਤੇ। ਲਓ ਜੀ ਆ ਗੱਚਕਾਂ ਦਾ ਦੌਰ ਸ਼ੁਰੂ ਹੋ ਗਿਆ, ਆਹ ਆ ਬਾਈ ਤੋਂ ਫੋਟੋ ਖਿਚਾਈਏ, ਚਾਹ ਹੀ ਲਿਆ। ਉਹ ਵੀਰੇ ਅਸੀਂ ਚਾਹ ਪੀਂਦੇ ਨਹੀਂ ਯਾਰ। ਨਾ ਵੀਰੇ ਕੀ ਨਾਂ ਤੇਰਾ? ਨਾ ਆਕਾਸ਼ ਯਾਦਵ। ਬਾਈ ਤੇਰਾ ਬਹੁਤ ਬਹੁਤ ਥੈਂਕ ਯੂ ਬਾਈ, ਪਰ ਆਪਾਂ ਚਾਹ ਪੀਂਦੇ ਹੀ ਨਹੀਂ। ਖਾਣਾ ਖਾ ਲੇ, ਹਮ ਪੀਤੇ ਹੀ ਨਹੀਂ, ਚਾਹ ਹੀ ਨਹੀਂ ਪੀਤੇ। ਥੈਂਕ ਯੂ। ਆ ਜੀ ਇੱਥੋਂ ਵੈਲੀ ਦਾ ਇੱਕ ਤੁਹਾਨੂੰ ਝਾਕਾ, ਥੱਲਿਓ ਅਸੀਂ ਆਏ ਹਾਂ ਔਰ ਇੱਧਰ ਚੜ੍ਹਾਈਆਂ ਚੜ੍ਹਦੇ ਹੋਏ ਤਕਰੀਬਨ 40-42 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਅਸੀਂ 16 ਦੀ, ਅਜੇ ਵੀ ਐਵਰੇਜ ਸਪੀਡ ਆਪਣੀ ਚੱਲੀ ਹੋਈ ਹੈ। ਇਸ ਟਾਈਮ ਦੇ ਉੱਤੇ ਹੋ ਸਕਦਾ 3-4-5 ਦੀ ਵੀ ਹੋਵੇ, ਬਟ ਮੈਂ ਐਵਰੇਜ ਸਪੀਡ ਦੀ ਗੱਲ ਕੀਤੀ ਹੈ। ਇੱਥੋਂ ਅਸੀਂ ਜਿਹੜਾ ਅਗਲਾ ਪੁਆਇੰਟ ਹੈ ਜਿੱਥੋਂ ਅਸੀਂ ਲੈਫਟ ਟਰਨ ਕਰਨਾ ਹੈ, ਉਹ ਰਹਿ ਗਿਆ ਤਕਰੀਬਨ 1 ਕਿਲੋਮੀਟਰ, ਇੰਨਾ ਕੀ ਹੋਣਾ ਹੈ ਨਾ 1 ਕਿਲੋਮੀਟਰ। ਠੀਕ ਹੈ ਜੀ, ਸਾਹ ਉਖੜਦਾ ਹੁਣ,
ਬੋਲਦੇ ਬੋਲਦੇ ਉਹ ਆਪਾਂ ਜਿਹੜੇ ਪੁਆਇੰਟ 'ਤੇ ਆਪਾਂ ਖੜ੍ਹੇ ਹਾਂ ਇਹਨੂੰ ਕਹਿੰਦੇ ਆ ਦੋ ਸੜਕਾਂ। ਇਹ ਉੱਪਰ ਗਿਆ ਜੀ ਨਾਹਣ ਸ਼ਿਮਲਾ ਰੇਣੂਕਾ ਜੀ, ਔਰ ਇੱਧਰ ਜਿਹੜਾ ਆਪਾਂ ਆਹ ਰੋਡ ਹੈ ਇਹ ਚਲਾ ਗਿਆ ਤੁਹਾਡਾ ਚੰਡੀਗੜ੍ਹ ਪੰਚਕੂਲਾ ਕਾਲਾ ਅੰਬਾਲਾ। ਆਪਾਂ ਹੁਣ ਆਪਣੇ ਲੈਫਟ ਸਾਈਡ ਇਸ ਰੋਡ ਤੋਂ ਜਾਣਾ ਹੈ ਐਂਡ 60 ਕਿਲੋਮੀਟਰ ਇੱਥੋਂ ਅੰਬਾਲਾ, 14 ਕਿਲੋਮੀਟਰ ਕਾਲਾ ਅੰਬ ਹੈ। ਸੋ ਕਾਲਾ ਅੰਬ ਇੱਥੇ ਇਹ ਪੂਰਾ ਆਲਮੋਸਟ ਡਾਊਨ ਹਿੱਲ ਹੈ। ਸੋ ਜੱਸੀ ਸਿੰਘ ਸਾਡੇ ਕੈਮਰਾਮੈਨ ਇਸ ਵੇਲੇ 'ਚ, ਆਪਾਂ ਮਿਲਦੇ ਹਾਂ ਤੁਹਾਨੂੰ ਕਾਲਾ ਅੰਬ ਜਾ ਕੇ। ਫੇਮਸ ਤਰਲੋਕਪੁਰ ਮੰਦਰ ਇੱਥੋਂ ਹੈਗਾ ਜੀ 13 ਕਿਲੋਮੀਟਰ, ਔਰ ਇਹ ਪਹਾੜ ਇਹੀ ਉਹ ਪਹਾੜ ਨੇ ਜਿੱਥੇ ਆਪਣੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਏ ਸਨ। ਇੱਥੋਂ ਫਿਰ ਅੱਗੇ ਚਾਲੇ ਪਾ ਕੇ ਉਹ ਪੌਂਟਾ ਸਾਹਿਬ, ਆਪਣੀ ਜ਼ਿੰਦਗੀ ਦਾ ਸਭ ਤੋਂ ਲੰਮਾ ਸਮਾਂ 4.25 ਸਾਲ ਜਿੱਥੇ ਉਹਨਾਂ ਨੇ ਗੁਜ਼ਾਰੇ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਸਥਾਨ, ਆਪਣੀ 14 ਜੰਗਾਂ 'ਚੋਂ ਪਹਿਲੀ ਜੰਗ ਸ਼੍ਰੀ ਭੰਗਾਣੀ ਸਾਹਿਬ ਦੀ ਜੰਗ ਫਤਿਹ ਕੀਤੀ। ਹੋਰ ਵੀ ਬਹੁਤ ਕੁਛ ਇਤਿਹਾਸ ਇੱਥੇ, ਕਵੀ ਦਰਬਾਰ ਸਥਾਨ, ਦਸਤਾਰਬੰਦੀ, ਜਿਹੜੇ ਕੰਪੀਟੀਸ਼ਨ ਉਹ ਇਸੇ ਥਾਂ 'ਤੇ ਨੇ। ਰੋਡ ਵੀ ਬਹੁਤ ਵਧੀਆ ਸਾਫ ਰੋਡ ਹੈ, ਐਂਡ ਜਿਹੜੇ ਵੀ ਆਉਣਾ ਚਾਹੁੰਦੇ ਹੈ ਸਾਈਕਲ 'ਤੇ ਹੋਵੇ ਜਿਵੇਂ ਮਰਜ਼ੀ ਉਹ ਆ ਸਕਦੇ ਨੇ ਜੀ। ਹੁਣ ਇਹ ਪੂਰਾ ਸਾਡਾ ਤਕਰੀਬਨ 14 ਕਿਲੋਮੀਟਰ ਦਾ ਆਲਮੋਸਟ ਇੱਦੀ ਹੈ, ਪੈਡਲ ਮਾਰਨ ਦੀ ਲੋੜ ਹੀ ਨਹੀਂ, ਬ੍ਰੇਕਾਂ ਹੀ ਵੱਜ ਰਹੀਆਂ ਬਸ। ਲਓ ਜੀ ਆਪਾਂ ਪਹੁੰਚ ਗਏ ਹਾਂ ਜੀ ਕਾਲਾ ਅੰਬ, ਹਿਮਾਚਲ ਔਰ ਹਰਿਆਣੇ ਦਾ ਬਾਰਡਰ ਹੈ ਜੀ। ਆਪਾਂ ਇਹ ਹਿਮਾਚਲ ਹੁਣ ਪਾਰ ਕਰ ਲਿਆ, ਇੱਧਰੋਂ ਜੀ ਐਂਟਰੀ ਹੈ, ਔਰ ਇਹ ਇਸ ਸਾਈਡ ਚਲਾ ਗਿਆ ਜੀ ਤੁਹਾਡਾ ਯਮੁਨਾਨਗਰ ਸਢੋਰਾ, ਔਰ ਇਹ ਜਿਹੜਾ ਹੈ ਆਪਾਂ ਸਿੱਧੇ ਚਾਲੇ ਪਾਤੇ ਆ ਚੰਡੀਗੜ੍ਹ ਔਰ ਅੰਬਾਲਾ, ਇੱਥੋਂ ਅੱਗੇ ਨਰਾਇਣਗੜ੍ਹ, ਨਰਾਇਣਗੜ੍ਹ ਤੋਂ ਸਾਡੀ ਟਰਨਿੰਗ ਹੋ ਜਾਏਗੀ। ਸੋ ਇੱਕ ਛੋਟੀ ਜਿਹੀ ਜਾਣਕਾਰੀ ਤੁਹਾਡੇ ਲਈ, ਲਓ ਜੀ ਨਰਾਇਣਗੜ੍ਹ ਆਪਣੀ ਐਂਟਰੀ ਹੋ ਗਈ ਹੈ। ਇੱਥੋਂ ਆਪਾਂ ਜਾਣਾ ਹੈ ਆਹ ਅੰਬਾਲਾ 37 ਕਿਲੋਮੀਟਰ, ਹਜੇ ਸਜਾਦਪੁਰ ਆਏਗਾ ਪਹਿਲਾਂ 11, ਅਤੇ ਜਿਹਨੇ ਪੰਚਕੂਲਾ ਅਤੇ ਚੰਡੀਗੜ੍ਹ ਜਾਣਾ ਉਹ ਇੱਥੋਂ ਅੱਗੇ ਜਾ ਕੇ ਰਾਈਟ ਟਰਨ ਹੋ ਜਾਏਗਾ। ਲਓ ਜੀ ਗੱਡੀ ਹੋ ਗਈ ਆਪਣੀ ਪੈਂਚਰ, ਔਰ ਆਈ ਹੋਈ ਵੀ ਦੁਕਾਨ ਦੇ ਕੋਲ ਆ ਕੇ ਹੀ ਹੈ। ਸੋ ਸਮਾਨ ਹੈ, ਟਿਊਬ ਹੈ, ਸਾਰਾ ਕੁਛ, ਪੰਪ ਵਗੈਰਾ, ਬਟ ਮੈਂ ਆਖਿਆ ਵੀ ਜਦੋਂ ਆਪਣੇ ਕੋਲ ਇਹ ਜੀ ਦੁਕਾਨ ਦੇ ਨੇੜੇ ਆ ਗਏ ਤਾਂ ਫਿਰ ਇੱਥੇ ਹੀ ਲਵਾ ਲੈਂਦੇ। ਲਓ ਜੀ ਭੁੱਖ ਬਹੁਤ ਲੱਗ ਗਈ, ਹੁਣ ਭੁੱਖ ਬਰਦਾਸ਼ਤ ਤੋਂ ਬਾਹਰ ਹੋ ਗਈ। ਟਾਈਮ 10:00 ਚੱਲੇ ਹੈ ਔਰ 70-75 ਕਿਲੋਮੀਟਰ ਅਸੀਂ ਕਰ ਚੁੱਕੇ ਹਾਂ। ਸੋ ਹੁਣ ਇੱਥੇ ਰੁਕ ਕੇ ਆਪਣੇ ਆਪਣੇ ਪਰੌਂਠੇ ਕੱਢੀਏ ਬਾਹਰ,
ਤੇ ਸ਼ਕੀਏ। ਲਓ ਜੀ ਇੱਧਰ ਕਿਤੇ ਪਨੀਰ, ਕਿਤੇ ਪਰੌਂਠੇ, ਫੁੱਲ ਪਦਾਰਥ ਚੱਲੇ ਹੋਏ ਆ, ਹੈ ਨਾ। ਪਹਿਲੇ ਪੇਟ ਦੂਜਾ, ਫਿਰ ਕੰਮ ਦੂਜਾ। ਅਤੇ ਲਿਆਓ ਜੀ ਦੁੱਧ। ਲਓ ਜੀ ਆਪਾਂ ਪਹੁੰਚ ਗਏ ਹਾਂ ਜੀ ਪੰਜੋਖਰਾ, ਪੰਜੋਖਰਾ ਗੁਰਦੁਆਰਾ ਪੰਜੋਖਰਾ ਸਾਹਿਬ। ਅੱਗੇ ਕਿੰਨੇ ਯਾਰ, ਅੱਗੇ ਦੇਖਦੇ ਹਾਂ। ਆ ਰਾਹ ਪਹੁੰਚ ਗਿਆ ਜੀ, ਉੱਥੇ ਹੈਗਾ। ਆਪਾਂ ਬਲਦੇਵ ਨਗਰ ਪੀਨੇ ਚੱਲ ਗਏ। ਇੱਥੋਂ ਬਾਲਾ 3-4 ਕਿਲੋਮੀਟਰ 'ਤੇ ਆ ਗਿਆ ਬਸ। ਔਰ ਟਾਈਮ ਹੋ ਗਿਆ ਜੀ, ਹੁਣ ਤਕਰੀਬਨ 1 ਵਜ ਚੱਲੇ ਆ। ਸਫ਼ਰ ਹੋ ਚੁੱਕਿਆ ਆਪਣਾ ਕੋਈ 90 ਦੇ ਆਸ ਪਾਸ। ਬਾਕੀ ਤੁਹਾਨੂੰ ਐਗਜੈਕਟ ਡਾਟਾ ਆਪਾਂ ਕਿਤੇ ਰੁਕ ਕੇ ਫਿਰ ਦੱਸਦੇ ਹਾਂ। ਲਓ ਜੀ ਟਾਈਮ ਹੋ ਗਿਆ 1:40, ਔਰ ਆਪਾਂ 6:10 'ਚ ਤਕਰੀਬਨ 100 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਹੁੰਚ ਗਏ ਹਾਂ ਜੀ ਬਲਦੇਵ ਨਗਰ ਅੰਬਾਲਾ ਸਿਟੀ, ਹੈ ਨਾ ਜੀ। ਔਰ ਇੱਥੇ ਆਪਣੇ ਬੜੇ ਵੱਡੇ ਭਰਾ, ਆਪਣੇ ਮਿੱਤਰ ਜਸਵੀਰ ਸਿੰਘ ਬੁੱਧੀ ਰਾਜਾ ਜੀ, ਇਹਨਾਂ ਦੀ ਸ਼ੌਪ 'ਤੇ ਆਪਾਂ ਹੁਣ ਟਾਇਰ ਚੇਂਜ ਕਰਾਂਗੇ। ਆਹ ਲਾਈਟਾਂ ਲੁਟਾਂ ਚੈੱਕ ਕਰ ਲਿਆ, ਪੁਲਿਸ ਆਹ ਠੀਕ ਹੈ, ਪੁਲਿਸ ਵਾਲਾ ਬੰਦਾ, ਪੁਲਿਸ ਵਾਲੀ ਲਾਈਟ ਹੈ, ਇਹਨੂੰ ਦੇਣੀ ਹੈ ਜੀ। ਕਿਆ ਬਾਤ ਹੈ, ਮੰਗੇ ਭਾਅ ਜੀ ਆ ਗਿਆ ਜੀ ਮੈਂ, ਆਪਾਂ ਕਰਦੇ ਹਾਂ ਇਹਨੂੰ ਲਾਈਏ ਉੱਤੋਂ। ਇੱਥੇ ਇਹਦੀ ਟਾਇਰ ਔਰ ਟਿਊਬ ਮੈਂ ਸੋਚ ਰਿਹਾ, ਵੈਸੇ ਟਾਇਰ ਠੀਕ ਹੈ ਪਰ ਜਦੋਂ ਚੇਂਜ ਕਰਾਈ ਰਹੇ। ਆਹ ਦੇਖੋ ਇਹ ਪੂਰਾ ਹੀ ਖਤਮ ਹੋ ਚੁੱਕਿਆ, ਆਪਾਂ ਚੇਂਜ ਹੀ ਕਰ ਦਿੰਦੇ ਇਹਨੂੰ। ਲਓ ਜੀ ਆਪਾਂ ਹੁਣ ਥੈਂਕ ਯੂ ਕਰਦੇ ਹਾਂ ਜਸਵੀਰ ਵੀਰ ਜੀ ਦਾ, ਆਪਾਂ ਨੂੰ ਟਾਇਰ ਇਹਨਾਂ ਨੇ ਫ੍ਰੀ ਪਾ ਕੇ ਦੇ ਦਿੱਤਾ। ਔਰ ਜਿਹਨੇ ਵੀ ਕਦੇ ਇੱਧਰੋਂ ਆਉਣਾ ਹੋਵੇ, ਇੱਕ ਵਾਰੀ ਫਿਰ ਮੈਂ ਦੱਸ ਦਿੰਦਾ ਜੀ, ਅੰਬਾਲਾ ਸਿਟੀ ਬਲਦੇਵ ਨਗਰ ਬਿਲਕੁਲ ਪੁਲ ਦੇ ਨਾਲ ਜੀ, ਜਸਵੀਰ ਸਿੰਘ ਬੁੱਧੀ ਰਾਜਾ। ਨੰਬਰ ਮੈਂ ਇਹਨਾਂ ਦਾ ਸ਼ੇਅਰ ਨਹੀਂ ਕਰੂੰਗਾ, ਠੀਕ ਹੈ ਜੀ। ਔਰ ਤੁਸੀਂ ਆ ਸਕਦੇ, ਇਹਨਾਂ ਦਾ ਹੋਲਸੇਲ ਦਾ ਕੰਮ ਹੈ। ਜਿਹੜੀ ਗੱਲ ਆਪਾਂ ਸੀਰੀਅਸ ਨੋਟ 'ਤੇ ਕਰੀਏ, ਹੋਲਸੇਲ ਦਾ ਇਹਨਾਂ ਦਾ ਸਪੇਅਰ ਪਾਰਟ ਦਾ, ਸਾਰੇ ਟਾਇਰਸ ਦਾ ਕੰਮ ਹੈ, ਅਤੇ ਤੁਹਾਨੂੰ ਇਹ ਹਰ ਚੀਜ਼ ਇੱਥੇ, ਈਵਨ ਕਿ ਅਸੈਸਰੀਜ਼ ਵੀ ਹੋਲਸੇਲ ਰੇਟ 'ਤੇ ਮਿਲ ਜਾਏਗੀ। ਐਂਡ ਇਹ ਆਪਣੇ ਟੈਕਨੀਸ਼ੀਅਨ ਜੀ ਮੰਗਾ ਭਾਅ ਜੀ, ਠੀਕ ਹੈ ਜੀ, ਥੈਂਕ ਯੂ। ਚੰਗਾ ਸਰ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਹੈ ਜੀ ਗੁਰਦੁਆਰਾ ਮੰਜੀ ਸਾਹਿਬ, ਪਾਤਸ਼ਾਹੀ 6ਵੀਂ ਕਾਰ ਸੇਵਾ ਚੱਲੀ ਹੋਈ ਹੈ ਪੂਰੀ। ਔਰ ਲੰਗਰ ਪਛੜਦਾ ਸੀ ਛਕਿਆ ਹੋਇਆ ਪਹਿਲਾਂ ਹੀ, ਅਤੇ ਫਿਰ ਹੁਣ ਇੱਥੇ ਅਸੀਂ ਟਾਈਮ ਨਹੀਂ ਲਾਵਾਂਗੇ ਬਿਕੋਜ਼ ਆਲਰੇਡੀ 3 ਵੱਜ ਚੁੱਕੇ ਆ, ਅਤੇ ਅਸੀਂ ਨਿਕਲੀਏ। ਲਓ ਜੀ ਆਪਾਂ ਪਹੁੰਚ ਗਏ ਹਾਂ ਸ਼ਹਿਰ ਰਾਜਪੁਰਾ, ਰਾਜਪੁਰਾ ਖੜ੍ਹੇ ਹਾਂ ਆਪਾਂ। ਔਰ ਇੱਥੇ ਥੋੜ੍ਹੀ ਐਨਰਜੀ, ਥੋੜ੍ਹਾ ਜੂਸ, ਕਿਹੜਾ ਕੈਰਟ ਰੈਡੀ, ਕਿਹੜਾ ਕੈਰਟ, ਕੈਰਟ ਸੋ ਕੈਰਟ ਜੂਸ ਲਵਾਂਗੇ ਇੱਥੇ। ਇਹ ਆਪਣੀਆਂ ਗੱਡੀਆਂ ਪਾਰਕ ਹੈ, ਕੋਈ ਚਲਾਨ ਨਹੀਂ, ਅਤੇ ਫਿਰ ਆਪਾਂ ਜੂਸ ਛਕੀਏ, ਫਿਰ ਅੱਗੇ ਫਿਰ ਗੱਲ ਕਰਾਂਗੇ। ਨਾ ਸੁਣਨ ਨੂੰ ਨਾ
ਇਹਦਾ ਐ ਲੱਗਦਾ ਜਿੱਦਾਂ ਕਿ ਰੈਡਿਸ਼ ਦਾ ਗਾਜਰ ਦਾ ਰੈਡਿਸ਼ ਹੋ ਗਿਆ ਨਾ, ਇਹੀ ਕਨਫਿਊਜ਼ਨ ਰਹੀ ਮੈਨੂੰ ਤਾਂ ਹੁਣ ਤਾਈਂ। ਹੋਰ ਜਿਹਨੂੰ ਜਿਹਨੂੰ ਇਹੀ ਕਨਫਿਊਜ਼ਨ ਹੈ ਕਮੈਂਟ 'ਚ ਪੱਕਾ ਦੱਸਿਓ। ਲਓ ਜੀ, ਫਤਿਹਗੜ੍ਹ ਸਾਹਿਬ ਲਈ ਆਪਣੀ ਟਰਨਿੰਗ ਹੋ ਗਈ ਹੈ। ਜਸਵਿੰਦਰ ਜੱਸੀ, ਓਏ ਜੱਸੀ, ਯਾਰ ਫੋਟੋ ਤਾਂ ਖਿੱਚ ਲਈ ਹੈ। ਮੈਂ ਘਬਰਾ ਗਿਆ, ਮੈਂ ਕਿਹਾ ਫੋਟੋ ਤਾਂ ਖਿੱਚ ਲਈ ਫੋਟੋ ਫੋਟੋ ਕਿਹੜੀ ਜਗ੍ਹਾ 'ਤੇ ਆਏ ਬੋਲੋ। ਲਓ ਜੀ, ਟਾਈਮ ਹੋ ਗਏ ਪੂਰੇ 6 ਵੱਜ ਗਏ ਹੈ, 153 ਕਿਲੋਮੀਟਰ 9 ਘੰਟੇ ਆਪਾਂ ਪੂਰਾ ਕਰਕੇ ਜੀ ਪਹੁੰਚ ਗਏ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ। ਐਂਡ ਰੱਬ ਦੀ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੈ, ਮੈਂ ਲਗਾਤਾਰ ਦੂਜੇ ਸਾਲ ਸਾਈਕਲ 'ਤੇ ਆਇਆ। ਲਾਸਟ ਟਾਈਮ ਦਾ ਵਲੋਗ ਨਹੀਂ ਹੈ ਕਿਉਂਕਿ ਉਦੋਂ ਵਲੋਗਿੰਗ ਸ਼ੁਰੂ ਨਹੀਂ ਕੀਤੀ ਸੀਗੀ, ਬਟ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਹੁਣ ਇੱਥੇ ਕਿਤੇ ਟਿਕਾਣਾ ਲੱਭਦੇ ਹਾਂ, ਲੰਗਰ ਪ੍ਰਸ਼ਾਦਾ ਛੱਕ ਕੇ ਫਿਰ ਸਵੇਰੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ।